ਸਮਝੋ ਆਪਾਂ ਬਾਰੋਂ ਕਿਸੇ ਬੰਦੇ ਨੂੰ ਇਹੋ ਜਿਹਾ ਵੇਖਿਆ ਕਿ ਉਹ बार-बार ਕਹਿੰਦਾ ਨਹੀਂ ਹੋ ਸਕਦਾ ਨਹੀਂ ਹੋ ਸਕਦਾ ਤੇ ਉਹਨਾਂ ਨੂੰ ਇਹੋ ਜਿਹੀ ਗੱਲਾਂ ਦੱਸਣੀਆਂ ਚਾਹੀਦੀਆਂ ਕਿ ਤੁਸੀਂ ਜਿੱਦਾਂ ਦਾ ਸੋਚੋਗੇ ਉਦਾਂ ਦੀ એનર્ਜੀ ਪੈਦਾ ਹੁੰਦੀ ਹੈ ਜਿਸ ਤਰ੍ਹਾਂ ਸਮਝੋ ਕਿ ਕੋਈ ਆ ਪੇਟ ਤੇ ਜੜਿਆ ਸੀਗਾ ਤੇ ਡਿੱਗਣ ਨੂੰ ਹੈਗਾ ਤੇ ਥੱਲੋਂ ਕੋਈ ਆਵਾਜ਼ ਮਾਰਦਾ ਹੈ ਕਿ ਛੱਡ ਨਾ ਦੇਂ ਡਿੱਗ ਨਾ ਪਈ ਹੂੰ ਤੇ ਉਹਨੂੰ ਸੀਨ ਕੀ ਬਣ ਰਿਹਾ ਛੱਡ ਨਾ ਦੇ ਡਿਗ ਨਾ ਪਈ ਤੇ ਉਹਨੂੰ ਛੱਡਣ ਤੇ ਡਿਗਣ ਦਾ ਸੀਨ ਬਣ ਰਿਹਾ ਤੇ ਛੱਡ ਵੀ ਦੇਗਾ ਡਿਗ ਵੀ ਪੇਗਾ ਹੂੰ ਦੂਜੇ ਜੀ ਕੋਈ ਆਵਾਜ਼ ਦੇ ਕਿ ਪਕੜੀ ਰੱਖੀ ਕੁੱਟ ਕੇ ਫੜ ਲੈ ਕੁੱਟ ਕੇ ਫੜ ਲੈ ਜੇ ਇਹੋ ਜੀ ਆਵਾਜ਼ ਦੇਗਾ ਤੇ ਉਹਨੂੰ ਸੀਨ ਬਨੇਗਾ ਕੁੱਟਣ ਦਾ ਤੇ ਫੜਨ ਦਾ ਤੇ ਐਸੀ ਤਰ੍ਹਾਂ ਆਪਣੇ ਆਪ ਦੇ ਅੰਦਰ ਦੋ ਬਣ ਜਾਣਾ ਚਾਹੀਦਾ ਹੈ ਉਹ ਜਿਹੇ ਲੋਕიან ਕਿ ਇੱਕ ਤੇ ਮੇਰਾ ਇਹੋ ਜਿਹਾ ਮਨ ਹੈਗਾ ਜਿਹੜਾ ਬਾਰ-ਬਾਰ ਕਹਿੰਦਾ ਕਿ ਨਹੀਂ ਕਰ ਸਕਦਾ ਹੋ ਨਹੀਂ ਸਕਦਾ ਬਹੁਤ ਵਾਰੀ ਵੇਖ ਲਿਆ ਉਹ ਇੱਕ ਬੱਚਾ ਹੈ ਤੇ ਆਪਣੇ ਅੰਦਰ ਹੀ ਮਨ ਦੇ ਨਾਲ ਇੱਕ ਬੁੱਧੀ ਰੂਪੀ ਮਾਰੰਦੀ ਹੈ ਤੇ ਦੋ ਬਨ ਜਾਓ ਦੋਸਤ ਦੂਜਾ ਉਹਨੂੰ ਕਹੇ ਜੇ ਤੂੰ ਨਹੀਂ ਕਰ ਸਕਦਾ ਤੇ ਹੋਰ ਕਰੇਗਾ ਕੀ ਤੇ ਤੂੰ ਕਰ ਸਕਦਾ ਹੈ ਤੇਰੇ ਅੰਦਰ ਸ਼ਕਤੀ ਬਹੁਤ ਹੈ ਸਿਰਫ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਆਪਣਾ ਵਿਚਾਰ ਬਦਲ ਲੈ ਕਿ ਅਜਾੜਾ ਮਰੀ ਕਈ ਵਾਰੀ ਕਈ ਕੰਮ ਕੀਤੇ ਐ ਇਹ ਕਿਹੜਾ ਵੱਡਾ ਕੰਮ ਹੈ ਕੋਈ ਓਖੀ ਗੱਲ ਨਹੀਂ ਹੈ ਕਿ ਹੋ ਸਕਦਾ ਮੈਂ ਛੋਟਾ ਜਿਹਾ ਇੱਕ ਐਗਜ਼ਾਮਪਲ ਸੁਣਾਉਣੀ ਆ ਤੁਹਾਨੂੰ ਇਹਦੇ ਵਾਸਤੇ ਤੇ ਇੱਕ ਵਾਰੀ ਇੱਕ ਰਾਜਾ ਨੇ ਇੱਕ ਕੰਪੀਟੀਸ਼ਨ ਰੱਖਿਆ ਇੱਕ ਬਹੁਤ ਵੱਡਾ ਪੱਥਰ ਸੀਗਾ ਤੇ ਵੱਡੇ ਵੱਡੇ ਪਹਿਲਵਾਨ ਬੁਲਾਏ ਤੇ ਉਹਨਾਂ ਨੂੰ ਇਹ ਕਿਹਾ ਕਿ ਇੱਕ ਚੋਟ ਨਾਲ ਪੱਥਰ ਤੋੜਨਾ ਹੂੰ ਜੇ ਇੱਕ ਚੋਟ ਨਾਲ ਟੁੱਟ ਗਿਆ ਤੇ ਠੀਕ ਐ ਨਹੀਂ ਤੇ ਤੁਹਾਨੂੰ ਜੇਲ ਹੋ ਜਾਣੀ ਹੈ ਅੱਛਾ ਕੌਣ ਆਏਗਾ ਅੱਗੇ ਇੱਕ ਚੋਟ ਨਾਲ ਟੁੱਟਿਆ ਨਹੀਂ ਤੇ ਜੇਲ ਹੋ ਜਾਣੀ ਤੇ ਇੱਕ ਸੀਕੇ ਆ ਜਾ ਪਹਿਲਵਾਨ ਸਾਹਮਣੇ ਆ ਗਿਆ ਹੂੰ ਬਿਲਕੁਲ ਸੁੱਕਾ ਸੜਿਆ ਸੀਗਾ ਉਹ ਕਹਿੰਦਾ ਮੈਂ ਤੋੜਾਂਗਾ ਸਾਰੇ ਜੋ ਜੋਰ ਦੀ ਹਸਣ ਲੱਗੇ ਕਿ ਐ ਕਿ ਤੋੜੇਗਾ ਤੇ ਉਹ ਕਹਿੰਦਾ ਕਿ ਦੇਖੋ ਇੱਕ ਸ਼ਰਤ ਹੈ ਮੇਰੀ ਪੱਥਰ ਤੋੜਨ ਦੀ ਕਿ ਮੇਰਾ ਇੱਕ ਸਾਥੀ ਮੇਰੇ ਨਾਲ ਆਏਗਾ ਉਹ ਮੇਰੇ ਕੰਨ ਚ ਕੁਝ ਕੁਝ ਬੋਲੀ ਜਾਏਗਾ ਤੇ ਰਾਜਾ ਨੇ ਕਿਹਾ ਬੋਲੀ ਹੋ ਜਾਏਗਾ ਤੋੜੇਗਾ ਤੇ ਤੂੰ ਹੀ ਨਾ ਤੇ ਉਹ ਨਾਲ ਹੱਥ ਤੇ ਨਹੀਂ ਲਵਾਏਗਾ ਉਹ ਕਹਿੰਦਾ ਨਹੀਂ हथ मैं कला कहते हैं बंदे क्ज कुछ बोलन लगा बोलन लगा जो दो बोली जाए बोली जाओ अकड़ी जाए अकड़ी जाए जो उन्हें बोलते चुकया थोड़ा पत्थर न मारिया पत्थर तोड़ता सारे हैरानी हो या। ਹੂੰ ਇਹ ਐਨਾ ਸੁੱਕਾ ਸੜਿਆ ਜਿਹਾ ਐਨੇ ਪੱਥਰ ਕਿਦਾਂ ਤੋੜਦਾ ਹੂੰ ਤੇ ਰਾਜਾ ਨੇ ਪੁੱਛਿਆ ਵੀ ਇਹ ਕੀ ਕਰਦਾ ਸੀ ਬੰਦਾ ਤੇਰੇ ਕੰਝ ਹਾਂਜੀ ਕਹਿੰਦੇ ਮੇਰੇ ਕੰਝ ਮੇਰੇ ਪੁਰਖਿਆਂ ਦੇ ਕਿਸੇ ਸੁਣਾਉਂਦਾ ਸੀਗਾ ਅੱਛਾ ਤੂੰ ਰਾਜਪੂਤ ਹੈ ਰਾਜਪੂਤਾਂ ਦੀ ਔਲਾਦ ਤੇਰੇ ਬਾਬ-ਦਾਦਿਆਂ ਨੇ ਇਹ ਕੀਤਾ ਉਹ ਕੀਤਾ ਉਹ ਸ਼ੇਰ ਨੂੰ ਚੱਕ ਛੱਡ ਦਿੰਦਾ ਸੀ ਹਾਥੀ ਨੂੰ ਚੱਕ ਲੈਂਦਾ ਸੀ ਇਹ ਪੱਥਰ ਕੀ ਏ ਤੇਰੇ ਅੱਗੇ ਵੱਡੇ ਵੱਡੇ ਪਹਾੜ ਤੋੜ ਸਕਦਾ ਹੈ ਤੇਰੇ ਪੁਰਖਿਆਂ ਦਾ ਖੂਨ ਹੈ ਤੇਰੇ ਅੰਦਰ ਕਹਿੰਦੇ ਕਹੀ ਜਾਂਦਾ ਸੀ ਮੈਂ ਤੋੜਦਾ ਤੇ ਇਸ ਤਰ੍ਹਾਂ ਉਹਨਾਂ ਨੂੰ ਵੀ ਆਪਣੇ ਅੰਦਰ ਦੋ ਬਣ ਕੇ ਐਦਾਂ ਦੀ ਆਪਣੀ ਸਕਸੈਸ ਸਟੋਰੀਜ਼ ਯਾਦ ਕਰਾਣੀਆਂ ਚਾਹੀਦੀਆਂ

subscribe now and press the bell icon. Never miss an update.